ਕਰਨਾ ਨਹੀਂ ਦਿੱਤਾ ਉਹਨਾਂ ਨੇ ਆਪਣੇ ਪਾਪ ਬੇਟੇ ਨੂੰ। ਪਰਮਿੰਦਰ ਜੋ ਜਾਣ ਲੱਗਿਆ ਮੈਨੂੰ ਕਹਿਣ ਲੱਗਿਆ ਜੀ ਮੈਨੂੰ ਢੀਂਸਾ ਸਾਹਿਬ ਨੇ ਕਿਹਾ ਜਾਂ ਮੈਨੂੰ ਹੀ ਚੁਣਨਾ ਜਾਂ ਅਕਾਲੀ ਦਲ ਨੂੰ ਚੁਣਨਾ ਨਹੀਂ ਤਾਂ ਕੱਲ ਮੈਂ ਬੇਦਖਲ ਕਰਨ ਲੱਗਿਆ। ਕਹਿੰਦੇ ਆ ਮੈਂ ਅਖਬਾਰ ਪੜ੍ਹਿਆ ਕਿ ਮੈਂ ਕੁਰਬਾਨੀਆਂ ਦਿੱਤੀਆਂ ਪਾਣੀ ਪਾਰਟੀ ਵਿੱਚ ਢੀਂਸਾ ਸਾਹਿਬ ਮੈਂ ਇੱਥੇ ਹਜ਼ਾਰ ਕੁਰਬਾਨੀਆਂ ਵਾਲੇ ਦਿਖਾ ਦੂੰਗਾ ਜਿਨ੍ਹਾਂ ਨੇ ਵੱਧ ਕੁਰਬਾਨੀ ਤੋਂ ਤੋਂ ਦਿੱਤੀ ਹੈ ਜਿਨ੍ਹਾਂ ਨੂੰ ਅੱਜ ਤੱਕ ਕੁਛ ਨਹੀਂ ਮਿਲਿਆ ਪਰ ਹਲੇ ਵੀ ਅੱਜ ਵੀ ਪਾਰਟੀ ਨਾਲ ਡਟ ਕੇ ਖੜੇ ਆ। ਜਿਹੜਾ 30 ਵਾਰ ਲਗਾਤਾਰ ਹਾਰਦੇ ਉਹਨੂੰ ਕੋਈ ਜਨਤਾ ਪਸੰਦ ਕਰਦੀ? ਹਰਸਿਮਰਤ ਬਠਿੰਡੇ ਤੋਂ ਲੜੀ ਪਰਮਿੰਦਰ ਇੱਥੋਂ ਲੜਿਆ। ਆਪਣੇ ਆਪ ਨੂੰ ਟਕਸਾਲੀ ਕਹਿੰਦੇ ਆ, ਅਸੀਂ ਤਾਂ ਜਿੱਤ ਗਏ ਜੀ 2-2 ਲੱਖ, ਤੁਸੀਂ ਤੀਜੇ ਨੰਬਰ ਤੇ ਆਏ। ਜਦੋਂ ਤੀਜੇ ਨੰਬਰ ਤੇ ਆਏ ਮੈਂ ਆਪਣੇ ਲੀਡਰਾਂ ਨੂੰ ਬੁਲਾਇਆ, ਮੈਂ ਕਿਹਾ ਯਾਰ ਕਿਉਂ ਹਾਰ ਜਾਂਦੇ ਆ? ਸਾਡੇ ਸਾਰੇ ਹਲਕਾ ਇੰਚਾਰਜ ਕਹਿੰਦੇ ਸਾਨੂੰ ਪਹਿਲੇ ਹੀ ਦੱਸਿਆ ਸੀ ਇਹ ਪਰਿਵਾਰ ਨੂੰ ਨਾ ਦਿਓ, ਇਹਨਾਂ ਲੋਕੀ ਪਸੰਦ ਨਹੀਂ ਕਰਦੇ। 2002 ਤੋਂ 2007 ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਉਹਨੇ ਉਦੋਂ ਸਾਰੇ ਵਰਕਰਾਂ ਦੇ ਲੀਡਰਾਂ ਦੇ ਪਰਚੇ ਕੀਤੇ। ਜਿਹੜਾ ਤੋਤਾ ਸਿੰਘ ਜੀ ਬੈਠੇ ਇਹਨਾਂ ਦੇ, ਇਹਨਾਂ ਨੇ ਜੇਲ੍ਹਾਂ ਸੱਜਿਆ, ਝੂਠੇ ਕੇਸ ਬਣਾ ਕੇ ਸਾਰੇ ਲੀਡਰਾਂ ਦੇ ਝੂਠੇ ਕੇਸ ਕੀਤੇ। ਇਕੱਲੇ ਇੱਕ ਲੀਡਰ ਮੇਰੇ ਤੇ ਵੀ ਕੀਤਾ, ਬਾਦਲ ਸਾਹਿਬ ਨੇ ਕੀਤਾ, ਸਾਰੇ ਨੂੰ ਅੰਦਰ ਕੀਤਾ, ਪਰ ਇੱਕ ਲੀਡਰ ਨੇ ਜਿਹਨੂੰ ਕੁਛ ਨਹੀਂ ਕੀਤਾ, ਜਿਹਦੇ ਘਰੇ ਪੁਲਿਸ ਬਾਹਰ ਅੰਦਰ ਲਾ ਕੇ ਰੱਖੀ ਢੀਂਸਾ ਸਾਹਿਬ। ਮੈਨੂੰ MLA ਮੰਤਰੀ ਦੱਸ ਰਿਹਾ ਸੀ, ਕਹਿੰਦੇ ਜਦੋਂ ਅਸੀਂ MLA ਬੁਲਾਏ ਉਹ ਕਹਿੰਦੇ ਜੀ ਅਸੀਂ ਮਰ ਜਾਵਾਂਗੇ ਢੀਂਸਾ ਸਾਹਿਬ ਨੂੰ ਵੱਟ ਪਾਵਾਂਗੇ। ਉਹ ਸਾਰੇ ਨੇ ਕਾਂਗਰਸ ਨੂੰ ਨਹੀਂ ਪਾਈ, ਸਾਰਿਆਂ ਨੇ ਭਗਵੰਤ ਮਾਨ ਨੂੰ ਪਾਈ, ਹੋਈ ਤਾਂ ਹੀ ਉਹ ਸਾਰੇ ਚਾਲੀ। ਸੋ ਅੱਜ ਤਾਂ ਨਾ ਹੈ ਅਕਾਲੀ ਦਲ ਵੀ ਨਾ ਕਹੀ, ਅਕਾਲੀ ਦਲ ਤਾਂ ਸਾਰਾ ਜਾਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਬੀਜੇਪੀ ਦੀ ਲੀਡਰਸ਼ਿਪ, ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੀ ਆਪਣੀ ਦੋਨੋਂ ਪਾਰਟੀਆਂ ਦੀ ਲੀਡਰਸ਼ਿਪ ਤੇ ਦੋਨੋਂ ਜ਼ਿਲ੍ਹਿਆਂ ਦੇ ਕੋਨੇ ਕੋਨੇ ਦਵਾਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਓ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢੀਂਸਾ ਸਾਹਿਬ ਮੈਨੂੰ ਪਤਾ ਹੈ ਤੁਸੀਂ ਟੈਲੀਵਿਜ਼ਨ ਦੇ ਸਾਹਮਣੇ ਬੈਠੇ ਹੋ, ਆ ਝੰਡੇ ਦੇਖੋ, ਆ ਸੰਗਤ ਦੇਖੋ, ਆ ਬੱਸਾਂ ਦੇ ਉੱਤੇ ਬੈਠੀ ਸੰਗਤ ਦੇਖੋ। ਮੈਂ ਮਾਫੀ ਚਾਹੁੰਦਾ ਸੰਗਤ ਤੋਂ, ਅਸੀਂ ਇੰਨਾ ਇੰਤਜ਼ਾਮ ਨਹੀਂ ਕਰ ਸਕੇ। ਅਸੀਂ ਸੋਚਿਆ ਸੀ ਤਕਰੀਬਨ 50,000 ਲੋਕਾਂ ਦੀ ਜਗ੍ਹਾ ਹੈਗੀ, ਪਰ ਜਿੰਨੇ ਤੁਸੀਂ ਇੱਥੇ ਬੈਠੇ ਹੋ ਓਨੇ ਬਾਹਰ ਬਾਹਰ ਬੈਠੇ ਹੈ। ਆ ਸਾਰੇ ਸਤਾਏ ਹੋਏ ਹੋਏ, ਮੈਂ ਪੁੱਛਣਾ ਚਾਹੁੰਦਾ ਢੀਂਸਾ ਸਾਹਿਬ ਮੇਰੇ ਤਾਂ ਬਜ਼ੁਰਗਾਂ ਮੰਗਾਉਂਦਾ, ਤੁਸੀਂ ਦੇਖ ਲਓ ਮੇਰੇ ਬੇਟਾ ਬਾਦਲ ਸਾਹਿਬ ਬੈਠੇ ਹੈ। ਪਿਛਲੇ 20-25 ਸਾਲਾਂ ਤੋਂ ਮੈਂ ਸਿਆਸਤ ਚ, ਜਦੋਂ ਵੀ ਮੈਂ ਢੀਂਸਾ ਸਾਹਿਬ ਨੂੰ ਮਿਲਿਆ ਮੈਂ ਉਹਨਾਂ ਦੇ ਪੈਰੀ ਹੱਥ ਲਾਏ। ਮੈਨੂੰ ਅੱਜ ਤੱਕ ਯਾਦ ਨਹੀਂ ਇੱਕ ਵਾਰ ਜਿੱਥੇ ਢੀਂਸਾ ਸਾਹਿਬ ਨੇ ਕੁਛ ਚੀਜ਼ ਕਹੀ ਹੋਈ ਤੇ ਮੈਂ ਨਾ ਕੀਤੀ ਹੋਈ। ਇੱਕ ਵਾਰ ਮੈਨੂੰ ਯਾਦ ਆ ਜਦੋਂ ਮੈਂ ਡਿਪਟੀ ਚੀਫ ਮਿਨਿਸਟਰ ਸੀ, ਢੀਂਸਾ ਸਾਹਿਬ ਦਾ ਜੇ ਟੈਲੀਫੋਨ ਆ ਜਾਏ ਕਿ ਸੁਖਬੀਰ ਦਾ ਕੰਮ ਕਰਨਾ, ਮੈਂ ਆਪ ਪੁੱਛਦਾ ਹੁੰਦਾ ਸੀ ਢੀਂਸਾ ਸਾਹਿਬ ਤੁਸੀਂ ਕਿੱਥੇ ਬੈਠੇ ਹੋ? ਜੋ ਕਹਿੰਦੇ ਮੈਂ ਆਪਣੇ ਘਰ ਆ, ਮੈਂ ਗੱਡੀ ਲੈ ਕੇ ਉਹਨਾਂ ਦੇ ਘਰੇ ਜਾਂਦਾ ਤੇ ਉਹਨਾਂ ਨੂੰ ਪੁੱਛਦਾ ਕਿ ਦੱਸੋ ਜੀ ਹੁਕਮ ਕੀ ਹੈ, ਤੇ ਫਿਰ ਕਹਿੰਦੇ ਅਸੀਂ ਡਿਕਟੇਟਰ ਹਾਂ। ਡਿਕਟੇਟਰ ਕੌਣ ਹੈ ਤੁਸੀਂ ਜਾਣਦੇ ਹੋ? ਮੈਂ ਮਾਫੀ ਚਾਹੁੰਦਾ, ਮੈਂ ਦਿਲ ਦੀ ਗਰਾਈ ਹਾਂ ਤਾਂ ਮਾਫੀ ਚਾਹੁੰਦਾ ਸੰਗਰੂਰ ਬਰਨਾਲਾ ਹਲਕੇ ਦੇ ਹਲਕਾ ਇੰਚਾਰਜਾਂ ਤੋਂ, ਕਿਉਂਕਿ ਅਸੀਂ ਤੁਹਾਨੂੰ ਇਨਸਾਫ਼ ਨਹੀਂ ਦੇ ਸਕੇ। ਮੇਰੇ ਕੋਲੇ ਹਲਕਾ ਚਾਰਜ ਬਾਜ਼ਾਰੇ ਆਉਂਦੇ
ਵਰਕਰ ਨੂੰ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇਣੀ ਹੈ, ਇਹਨੂੰ ਸਰਪੰਚ ਦੀ ਟਿਕਟ ਦੇਣੀ ਹੈ, ਇਹਨੂੰ ਬਲਾਕ ਸਮਿਤੀ ਦੀ ਟਿਕਟ ਦੇਣੀ ਹੈ, ਇਹਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਉਣਾ ਹੈ। ਪਰ ਸਾਡੀ ਮਜਬੂਰੀ ਸੀ ਕਿਉਂਕਿ ਢੀਂਡਸਾ ਸਾਹਿਬ ਦਾ ਆਪਣਾ ਇੱਕ ਤਰੀਕਾ ਸੀ, ਉਹ ਕਹਿੰਦੇ ਨਹੀਂ ਜੋ ਉਹ ਫੈਸਲਾ ਕਰਨਗੇ ਉਹੀ ਹੋਊਗਾ। ਝੁੰਦਾ ਸਾਹਿਬ ਬੈਠੇ ਕਈ ਵਾਰ ਇਹਨਾਂ ਨੇ ਆਪਣਾ ਦੁੱਖ ਦੀ ਗੱਲ ਕੀਤੀ, ਕਈ ਵਾਰ ਗਰਗ ਸਾਹਿਬ ਨੇ ਗੱਲ ਕੀਤੀ, ਕਈ ਵਾਰ ਸਾਰਿਆਂ ਦਾ ਨਾਂ ਨਹੀਂ ਲੈਣਾ ਜੋ ਸਾਰਿਆਂ ਨੇ ਕੀਤੀ, ਇੱਕ ਪੱਤਾ ਨਹੀਂ ਝੂਲਣ ਦਿੰਦੇ ਸੀ। ਆ ਮਾਨਸਾ ਬੈਠੇ ਸਰ ਬਲਦੇਵ ਸਿੰਘ ਮਾਨ, ਜਦੋਂ ਇਲੈਕਸ਼ਨ ਹੁੰਦਾ ਮੈਨੂੰ ਬੇਨਤੀ ਕਰਦੇ, ਜਦੋਂ ਇਲੈਕਸ਼ਨ ਹੁੰਦਾ ਮੈਨੂੰ ਬੇਨਤੀ ਕਰਦੇ ਕਿ ਮਾਨ ਸਾਹਿਬ ਨੂੰ ਪਾਰਟੀ ਸ਼ਾਮਿਲ ਕਰ ਲਓ। ਅਸੀਂ ਬਿੰਦਾ ਮੈਂ ਬਿੰਦਾ ਮੁੰਦਾ ਕਰਦਾ, ਮਾਨ ਸਾਹਿਬ ਨੂੰ ਆ ਜਾਓ ਤੁਹਾਡੀ ਪੁਰਾਣੀ ਪਾਰਟੀ ਹੈ, ਅਸੀਂ ਸਰੋਪਾ ਪਾ ਦਿੰਦੇ। ਜਦੋਂ ਵੋਟਾਂ ਪੈਂਦੀਆਂ 5 ਵਜੇ ਰਿਜ਼ਲਟ ਨੂੰ ਵੀ ਉਡੀਕਦੇ ਸੀ, ਪਹੁੰਚ ਜਾਂਦੇ ਜੀ ਮਾਨ ਸਾਹਿਬ ਨੇ ਮੇਰਾ ਖਿਲਾਫ ਕੀਤਾ ਜੀ ਇਹਨੂੰ ਕੱਢ ਦਿਓ ਹੁਣੇ। ਪਰ ਕਿਉਂਕਿ ਐਡੇ ਵੱਡੇ ਲੀਡਰ ਸੀ ਨਾ ਕਰ ਨਹੀਂ ਸਕਦੇ ਸੀ, ਸਾਨੂੰ ਡਿਕਟੇਟਰ ਕਹਿੰਦੇ ਆ, ਡਿਕਟੇਟਰਸ਼ਿਪ ਤੋਂ ਐਡੇ ਵੱਡੇ ਆ। ਪਰਮਿੰਦਰ ਨੂੰ ਆਪਣਾ ਫੈਸਲਾ ਕਰਨ ਵੀ ਨਹੀਂ ਦਿੱਤਾ ਉਹਨਾਂ ਨੇ ਆਪਣੇ ਬਾਪ ਬੇਟੇ ਨੂੰ। ਪਰਮਿੰਦਰ ਜਦੋਂ ਜਾਣ ਲੱਗਿਆ ਮੈਨੂੰ ਕਹਿਣ ਲੱਗਿਆ ਜੀ ਮੈਨੂੰ ਢੀਂਡਸਾ ਸਾਹਿਬ ਨੇ ਕਿਹਾ ਜਾਂ ਮੈਨੂੰ ਚੁੱਲਾ ਜਾਂ ਅਕਾਲੀ ਦਲ ਨੂੰ ਚੁੱਲਾ, ਨਹੀਂ ਤਾਂ ਕੱਲ੍ਹ ਮੈਂ ਬੇਦਖਲ ਕਰਨ ਲੱਗਿਆ। ਡੈਮੋਕ੍ਰੇਸੀ ਦੀ ਗੱਲ ਕਰਦੇ, ਘਰ ਚ ਡਿਕਟੇਟਰਸ਼ਿਪ ਹੈ, ਡੈਮੋਕ੍ਰੇਸੀ ਦੀ ਗੱਲ ਕਰਦੇ। ਜਦੋਂ ਇਲੈਕਸ਼ਨ ਲੜਨਾ ਹੋਏ, ਟਿਕਟ ਲੜਨੀ ਹੋਏ, ਪਹਿਲੀ ਗੱਲ ਹੁੰਦੀ ਸੀ ਢੀਂਡਸਾ ਸਾਹਿਬ ਨੂੰ ਦੇਣੀ ਹੈ। ਜਦੋਂ ਹਾਰ ਜਾਂਦੇ ਮੈਨੂੰ ਪਤਾ ਤੁਹਾਡੇ ਕੈਂਪੀ ਜਿਹੜੇ ਇੱਥੋਂ ਦਾ ਕੋਲ ਕਿਹਾ ਸੀ ਕਹਿੰਦੇ ਭਵਾਨੀ ਗੜ੍ਹ ਨਹੀਂ ਟੱਪਣ ਦਿੰਦੇ ਬਾਦਲ ਪਰਿਵਾਰ, ਪਹਿਲੀ ਇਹਨੂੰ ਰਾਜ ਸਭਾ ਦਿੰਦੇ ਆ। ਉਹ ਸਾਡੀ ਗਲਤੀ ਹੈ, ਅਸੀਂ ਮੰਨਦੇ ਆਪਣੀ ਗਲਤੀ ਹੈ, ਬੇਇਨਸਾਫੀ ਕੀਤੀ ਹੈ ਬਹੁਤ। ਮੈਂ ਕਹਿਣਾ ਚਾਹੁੰਦਾ ਬਹੁਤ ਅਜਿਹੇ ਕਾਬਲ ਲੀਡਰ ਹੈ ਜਿਹੜੇ ਕਿਤੋਂ ਤਾਂ ਕਿਤੇ ਪਹੁੰਚ ਜਾਂਦੇ ਸੀ ਜਿਹਨੂੰ ਦੇਣਾ ਚਾਹੀਦਾ ਸੀ, ਪਰ ਢੀਂਡਸਾ ਪਰਿਵਾਰ ਕਰਕੇ ਕਿਉਂਕਿ ਸਾਰਾ ਕੁਝ ਹੀ ਉਹਨੇ ਆਪਣੇ ਕੰਟਰੋਲ 'ਚ ਕੀਤਾ ਸੀ। ਪਰਿਵਾਰ ਦੀ ਗੱਲ ਕਰਦੇ ਆ, ਕਹਿੰਦੇ ਆ ਮੈਂ ਅਖਬਾਰ ਪੜ੍ਹਿਆ ਕਿ ਮੈਨੂੰ ਰਾਜ ਸਭਾ ਦਾਨ ਦਿੱਤਾ ਕਿ ਮੈਂ ਕੁਰਬਾਨੀਆਂ ਦਿੱਤੀਆਂ ਪਾਣੀ ਪਾਰਟੀ ਵਿੱਚ। ਢੀਂਡਸਾ ਸਾਹਿਬ ਮੈਂ ਇੱਥੇ 1000 ਕੁਰਬਾਨੀਆਂ ਵਾਲੇ ਦਿਖਾ ਦੂੰਗਾ ਜਿਨ੍ਹਾਂ ਨੇ ਵੱਧ ਕੁਰਬਾਨੀ ਦੁੱਧ ਦਿੱਤੀ ਹੈ, ਜਿਨ੍ਹਾਂ ਨੂੰ ਅੱਜ ਤੱਕ ਕੁਛ ਨਹੀਂ ਮਿਲਿਆ ਪਰ ਹਲੇ ਵੀ ਅੱਜ ਵੀ ਪਾਰਟੀ ਨਾਲ ਡਟ ਕੇ ਖੜੇ ਆ। ਤੁਸੀਂ ਕੁਰਬਾਨੀ ਦੀ ਗੱਲ ਕਰਦੇ ਹੋ, ਤੁਸੀਂ ਕੁਰਬਾਨੀ ਦੀ ਗੱਲ ਕਰਦੇ ਹੋ, ਸਭ ਤੋਂ ਵੱਡੀ ਕੁਰਬਾਨੀ ਪਾਰਟੀ ਨੇ ਦਿੱਤੀ ਹੈ, 30 ਸਾਲ ਹਾਰਦੇ ਰਹੇ ਹੋ ਲਗਾਤਾਰ, ਤੁਹਾਨੂੰ ਇਹ ਰਾਜ ਸਭਾ ਬਣਾਉਂਦੇ ਰਹਿਣੇ ਆ, ਇਹ ਤੋਂ ਵੱਡੀ ਕੁਰਬਾਨੀ ਪਾਰਟੀ ਕੀ ਕਰ ਸਕਦੀ। ਜਿੱਥਾਰ ਡੈਮੋਕ੍ਰੇਸੀ ਹੈ, ਤੁਹਾਡੇ ਕੋਲੇ ਤਾਕਤ ਹੈ, ਜਿਹਨੂੰ ਤੁਸੀਂ ਪਸੰਦ ਕਰਦੇ ਹੋ ਉਹਨੂੰ ਜਿਤਾਉਣੇ ਹੋ, ਜਿਹਨੂੰ ਨਹੀਂ ਪਸੰਦ ਕਰਦੇ ਤੁਸੀਂ ਉਹਨੂੰ ਜਿੱਤ ਨਹੀਂ ਦਿੰਦੇ। ਗੱਲ ਸਿੱਧੀ ਹੈ, ਜੱਟ ਕੀ ਗੱਲ। ਹੁਣ ਜਿਹੜਾ 30 ਵਾਰ ਲਗਾਤਾਰ ਹਾਰਦੇ ਉਹਨੂੰ ਕੋਈ ਜਨਤਾ ਪਸੰਦ ਕਰਦੀ ਹੈ? ਉਹ ਮੈਨੂੰ ਕਹਿੰਦੇ ਹੈ ਹੁਣੀ ਇਲੈਕਸ਼ਨ ਹੋਇਆ, ਮਤਲਬ ਸਾਲ ਹੀ ਨਹੀਂ ਹੋਇਆ ਹੋਣਾ ਪਾਰਲੀਮੈਂਟ ਦਾ ਇਲੈਕਸ਼ਨ, ਮੈਂ ਜਲਾਲਾ ਫਿਰੋਜ਼ਪੁਰ ਪਾਰਲੀਮੈਂਟ ਤੋਂ ਲੜਿਆ, ਹਰਸਿਮਰਤ ਬਠਿੰਡੇ ਤੋਂ ਲੜੀ, ਪਰਮਿੰਦਰ ਇੱਥੋਂ ਲੜਿਆ। ਆਪਣੇ ਆਪ ਨੂੰ ਟਕਸਾਲੀ ਕਹਿੰਦੇ ਆ, ਅਸੀਂ ਤਾਂ ਜਿੱਤ ਗਏ ਜੀ 2-2 ਲੱਖ ਤੋਂ, ਤੁਸੀਂ 3 ਨੰਬਰ ਤੇ ਆਏ। ਜਦੋਂ 3 ਨੰਬਰ ਤੇ ਆਏ ਮੈਂ ਆਪਣੇ ਲੀਡਰਾਂ ਨੂੰ ਬੁਲਾਇਆ, ਮੈਂ ਕਿਹਾ ਯਾਰ ਕਿਉਂ ਹਾਰ ਜਾਂਦੇ ਹੈ? ਸਾਡੇ ਸਾਰੇ ਹਲਕਾ ਇੰਚਾਰਜ ਕਹਿੰਦੇ ਸਾਨੂੰ ਪਹਿਲੇ ਹੀ ਦੱਸਿਆ ਸੀ ਇਹ ਪਰਿਵਾਰ ਨੂੰ ਨਾ ਦਿਓ, ਇਹਨਾਂ ਲੋਕੀ ਪਸੰਦ ਨਹੀਂ ਕਰਦੇ। ਦੇਖੋ ਪਾਰਟੀ ਸੁਪਰੀਮ ਹੈ, ਮੇਰੇ ਪਿਤਾ ਬਾਦਲ ਸਾਹਿਬ ਬੈਠੇ ਆ, ਮੈਂ ਇਹਨਾਂ ਨੂੰ ਇੱਕ ਵਾਰ ਪੁੱਛਿਆ, ਪ੍ਰੈਸ ਵਾਲੇ ਨੂੰ ਪੁੱਛਿਆ ਟਕਸਾਲੀ ਦਾ ਮਤਲਬ ਕੀ ਹੈ? ਉਹਨਾਂ ਨੇ ਕਿਹਾ ਟਕਸਾਲੀ ਉਹ ਜਿਹਨੂੰ ਕੁਛ ਮਿਲੇ ਨਾ ਮਿਲੇ ਆਪਣੀ ਪਾਰਟੀ ਵਾਸਤੇ ਸਿਰ ਵੜਾ ਸਕਦਾ ਹੈ। ਟਕਸਾਲੀ ਉਹ ਨਹੀਂ,
ਜਿਹਨੂੰ ਨਾਮ ਮਿਲੇ ਤੇ ਫਿਰ ਪਾਰਟੀ ਨੂੰ ਗਾਲਾਂ ਕੱਢੇ। ਇਹਨਾਂ ਨੂੰ ਨਾਮ ਮਿਲੇ ਤਾਂ ਹੈ ਨੀ, ਬਹੁਤਾ ਮਿਲ ਗਿਆ। ਮੈਂ ਹੁਣੀ ਚੰਦੂ ਮਹਾਰਾਜ ਸਾਹਿਬ ਨਾਲ ਗੱਲ ਕਰ ਰਿਹਾ ਸੀ, ਮੈਂ ਦੱਸ ਰਿਹਾ ਸੀ, ਮੈਂ ਕਿਹਾ ਦੇਖੋ ਇਹਨਾਂ ਦਾ ਜੀਵਨ ਕਿਵੇਂ ਹੈ। ਦਾ ਪੇਚ ਲਾਉਂਦੇ, ਦਾ ਪੇਚ 2002 ਤੋਂ 2007 ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਉਹਨੇ ਉਦੋਂ ਸਾਰੇ ਵਰਕਰਾਂ ਦੇ ਲੀਡਰਾਂ ਦੇ ਪਰਚੇ ਕੀਤੇ। ਜਿਹੜਾ ਤੋਤਾ ਸਿੰਘ ਜੀ ਬੈਠੇ ਇਹਨਾਂ ਦੇ, ਇਹਨਾਂ ਨੂੰ ਜੇਲ੍ਹਾਂ ਵਿੱਚ ਸੱਦਿਆ, ਝੂਠੇ ਕੇਸ ਬਣਾ ਕੇ ਸਾਰੇ ਲੀਡਰਾਂ ਦੇ ਝੂਠੇ ਕੇਸ ਕੀਤੇ, ਇਕੱਲਾ ਇੱਕ ਲੀਡਰ ਮੇਰੇ ਤੇ ਵੀ ਕੀਤਾ, ਬਾਦਲ ਸਾਹਿਬ ਤੇ ਵੀ ਕੀਤਾ, ਸਾਰੇ ਨੂੰ ਅੰਦਰ ਕੀਤਾ, ਪਰ ਇੱਕ ਲੀਡਰ ਨੇ ਜਿਹਨੂੰ ਕੁਛ ਨਹੀਂ ਕੀਤਾ, ਜਿਹਦੇ ਘਰੇ ਪੁਲਿਸ ਬਾਹਰ ਅੰਦਰ ਲਾ ਕੇ ਰੱਖੇ, ਉਹ ਢੀਂਡਸਾ ਸਾਹਿਬ। ਮੈਂ ਹੁਣ ਵੀ ਗੱਲ ਕਰ ਰਿਹਾ ਸੀ, ਮੈਂ ਹੁਣ ਬੈਠਾ ਗੱਲ ਕਰ ਰਿਹਾ ਸੀ, ਅੱਜ ਜੋ ਪਹਿਲੀ ਵਾਰ ਆਮ ਆਦਮੀ ਪਾਰਟੀ ਆਈ, ਭਗਵੰਤ ਮਾਨ ਪਹਿਲੀ ਵਾਰ ਲੜਿਆ, ਮੈਨੂੰ ਕਿਸੇ ਕਾਂਗਰਸ ਦੇ ਲੀਡਰ ਨੇ ਮੈਨੂੰ ਗੱਲ ਦੱਸੀ, ਕਾਂਗਰਸ ਦਾ ਸੀਨੀਅਰ ਲੀਡਰ, ਇੱਥੋਂ ਦਾ ਮੰਤਰੀ ਵੀ ਲੀਡਰ ਮੈਨੂੰ ਦੱਸੀ, ਕਹਿਣ ਲੱਗੇ, ਮੈਂ ਕਿਹਾ ਇੱਕਦਮ ਆਪ ਦੀ ਹਵਾ ਕਿਵੇਂ ਹੋ ਗਈ, ਆਪ ਦੀ ਹਵਾ ਕਿਵੇਂ ਹੋ ਗਈ। ਕਹਿੰਦੇ ਐ ਹੋਈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਇਹਨਾਂ ਨੇ ਗੱਲ ਕਰ ਲਈ ਕਿ ਆਪਣੇ ਜਿੰਨੇ ਵੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਉਦੋਂ ਸਿੰਗਲੇ ਨਾਮ ਬੰਦ ਹੀ ਨਹੀਂ ਸੀ, ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਕੀਤਾ ਕਿ ਸਿੰਗਲੇ ਨੂੰ ਹਰਾਉਣਾ ਹੀ ਹਰਾਉਣਾ ਹੈ, ਸੰਗਰੂਰ ਪਾਰਲੀਮੈਂਟ ਪਹਿਲੀ ਵਾਰ ਲੜਿਆ। ਸੋ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਰੇ ਚੇਚੇ MLA ਨੂੰ ਬੁਲਾਇਆ ਤੇ ਕਿਹਾ ਆਪਣੇ ਸਾਰੇ ਕਾਂਗਰਸ ਦੇ ਵਰਕਰਾਂ ਨੂੰ ਕਹੋ ਕਿ ਤੁਸੀਂ ਢੀਂਡਸਾ ਸਾਹਿਬ ਦੀ ਮਦਦ ਕਰਨੀ ਹੈ। ਮੈਨੂੰ MLA ਮੰਤਰੀ ਦੱਸ ਰਿਹਾ ਸੀ, ਕਹਿੰਦੇ ਜਦੋਂ ਅਸੀਂ MLA ਬੁਲਾਏ ਉਹ ਕਹਿੰਦੇ ਜੀ ਅਸੀਂ ਮਰ ਜਾਵਾਂਗੇ, ਢੀਂਡਸਾ ਸਾਹਿਬ ਨੂੰ ਵੱਧ ਪਾਵਾਂਗੇ। ਉਹ ਸਾਰਿਆਂ ਨੇ ਕਾਂਗਰਸ ਨੂੰ ਨਹੀਂ ਪਾਈ, ਸਾਰਿਆਂ ਨੇ ਭਗਵੰਤ ਮਾਨ ਨੂੰ ਪਈ, ਉਹ ਤਾਂ ਹੀ ਉਹ ਜਿੱਤਿਆ। ਤੁਸੀਂ ਆਹ ਵੀ ਯਾਦ ਕਰੋ ਉਦੋਂ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਈ ਸੀ, ਜ਼ਮਾਨਤ ਜ਼ਬਤ ਹੋਈ ਸੀ, ਕਿਉਂ ਹੋਈ ਸੀ? ਇਸ ਕਾਰਨ ਟਕਸਾਲੀ ਉਹ ਨਹੀਂ ਜਿਹੜਾ ਦੂਜਿਆਂ ਨਾਲ ਰਲ ਕੇ ਦਲ ਮਿਲ ਕੇ ਜਾ ਸਕਦੇ, ਭਾਵੇਂ ਸਿਰ ਵੱਢਿਆ ਜਾਏ, ਆਪਣੇ ਸੂਲਾਂ ਤੋਂ ਪਿੱਛੇ ਨਹੀਂ ਹਟਦੇ। ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਲਗਾਤਾਰ ਮੁੱਖ ਮੰਤਰੀ ਬਣ ਸਕਦੇ ਸੀ, ਪਰ ਨਹੀਂ, ਸਾਡੇ ਵਾਸਤੇ ਅਸੂਲ ਜ਼ਿਆਦਾ ਪੈ ਰਹੇ ਹੈ। ਇਸ ਕਰਕੇ ਮੈਂ ਢੀਂਡਸਾ ਸਾਹਿਬ ਨੂੰ ਦੱਸਣਾ ਚਾਹੁੰਦਾ, ਜਿਹੜਾ ਤੁਸੀਂ ਸੋਚਦੇ ਹੋ ਕਹਿੰਦੇ ਹੋ ਕਿ ਅਗਲੀ ਸਰਕਾਰ ਨਹੀਂ ਬਣ ਦੇਣੀ, ਤੁਸੀਂ ਤਿਲ ਦਾ ਜ਼ੋਰ ਲਾ ਲਿਓ, ਜਿਹਦੇ ਨਾਲ ਸੰਗਤ ਹੈ, ਜਿਹਦੇ ਨਾਲ ਵਰਕਰ ਹੈ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਪਰਮਾਤਮਾ ਦੀ ਮਿਹਰ ਹੋਣਾ। ਹੁਣ ਵੀ ਅੱਜ ਇਕੱਠੇ ਹੋਏ ਆ, ਕਿਉਂ ਇਕੱਠੇ ਹੋਏ ਤੁਸੀਂ ਦੇਖ ਲਓ। ਇੱਕ ਮੈਂ ਅਖਬਾਰ 15 ਦਿਨ ਦੀ ਗੱਲ ਹੈ, ਮੈਂ ਫੋਟੋ ਦੇਖੀ, ਟਕਸਾਲੀਆਂ ਦੀ ਫੋਟੋ ਦੇਖੀ, ਜਿਹੜੇ ਟਕਸਾਲੀ ਉੱਪਰ, ਮੈਂ ਮਾਫੀ ਚਾਹੁੰਦਾ ਯਾਰ, ਟਕਸਾਲੀ ਲਫ਼ਜ਼ ਅੱਜ ਦੇ ਬਾਅਦ ਕਿਸੇ ਨੇ ਟਕਸਾਲੀ ਨਹੀਂ ਕਹਿਣਾ, ਆ ਹੈ ਜਾਲੀ, ਸਾਰੇ ਜਾਲੀ। ਸੋ ਅੱਜ ਤੇ ਨਾ ਹੈ ਅਕਾਲੀ ਦਲ ਵੀ ਨਾ ਕਹੀਏ, ਅਕਾਲੀ ਦਲ ਤਾਂ ਸਾਰਾ ਜਾਲੀ ਹੈ। ਤੁਸੀਂ ਫੋਟੋ ਦੇਖੀ ਉੱਥੇ, ਫੋਟੋ ਤੁਸੀਂ ਅਖਬਾਰ ਦੀ ਫੋਟੋ ਦੇਖੋ, ਕੌਣ ਨਾਲ ਖੜਾ ਸੀ? ਪਰਮਜੀਤ ਸਰਨਾ। ਕੌਣ ਹੈ ਪਰਮਜੀਤ ਸਰਨਾ? ਜਿਹੜਾ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਵੀ ਧਾਰਮਿਕ ਐਡਵਾਈਜ਼ਰ ਬਣਾਇਆ ਹੋਇਆ। ਰਵਿੰਦਰ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਨੇੜੇ ਦਾ। ਵੀਰ ਦਵਿੰਦਰ ਕੋਈ ਟਕਸਾਲੀ ਹੈ? ਵੀਰ ਦਵਿੰਦਰ ਉਹ ਇਨਸਾਨ ਹੈ ਜਦੋਂ ਦਰਬਾਰ ਸਾਹਿਬ ਤੇ ਗਾਂਧੀ ਪਰਿਵਾਰ ਨੇ ਹਮਲਾ ਕੀਤਾ, ਇਹਨੇ ਵਧਾਈ ਦਿੱਤੀ ਤੇ ਆ ਆਪਣੇ ਆਪ ਨੂੰ ਤੁਹਾਡੇ ਮੁਕਾਬਲੇ ਖੜੇ ਕਰਨ ਨੂੰ ਕਰਦੇ ਆ। ਦੇਖੋ ਜੇ ਸੁਖਬੀਰ ਸਿੰਘ ਬਾਦਲ ਵੀ ਸੋਚੇ ਨਾ ਕਿ ਮੈਂ ਅਲੱਗ ਹੋ ਕੇ ਪਾਰਟੀ ਖੜੀ ਕਰ ਲੂੰਗਾ, ਸੁਖਬੀਰ ਸਿੰਘ ਬਾਦਲ ਦੀ ਵੀ ਜ਼ਮਾਨਤ ਜ਼ਬਤ ਹੋਊਗੀ। ਲੋਕੀ ਪਾਰਟੀ ਨਾਲ ਸੰਗਤ ਨਾਲ, ਸ਼੍ਰੋਮਣੀ ਅਕਾਲੀ ਦਲ ਨਾਲ, ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ। ਆ ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ, ਕਿਸੇ ਦੀ ਜਾਇਦਾਦ ਨਹੀਂ, ਆ ਜਾਇਦਾਦ ਤੁਹਾਡੀ ਹੈ, ਕੌਮ ਦੀ ਜਾਇਦਾਦ ਹੈ। ਇੱਕ
ਪਾਰਟੀ ਹੈ ਜਿਹੜੀ ਪੰਜਾਬ ਦੀ ਆਵਾਜ਼ ਹੈ, ਦੁਨੀਆਂ ਵਿੱਚ ਪੰਜਾਬ ਦੇ ਕੌਮ ਦੀ ਆਵਾਜ਼ ਹੈ। ਜੇ ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ ਕਿਸੇ ਵੀ ਆਪਣੇ ਭੈਣ ਭਰਾ ਨੂੰ ਕੁਛ ਵੀ ਹੋ ਜਾਏ, ਜੇ ਝੰਡਾ ਚੱਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਚੱਲਦਾ। ਕਹਿੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲਾਂ ਦਾ ਕਬਜ਼ਾ ਹਟਾਉਣਾ ਹੈ, ਇਲੈਕਸ਼ਨ ਕਰਾਓ। ਮੈਂ ਤਾਂ ਕਹਿੰਦਾ ਕੱਲ ਇਲੈਕਸ਼ਨ ਕਰਾ ਲਓ, ਸਾਨੂੰ ਇਲੈਕਸ਼ਨ ਦੀ ਡਰ ਨਹੀਂ। ਪਿਛਲੇ 100 ਸਾਲਾਂ ਤੋਂ ਅਸੀਂ ਇਲੈਕਸ਼ਨ ਲੜ ਰਹੇ ਹਾਂ, 100 ਸਾਲ, 100 ਸਾਲ ਹੋ ਗਏ ਐਚਪੀਸੀ ਬਣੇ ਨੂੰ, 100 ਸਾਲ। ਹਰ 5 ਸਾਲ ਬਾਅਦ ਵੋਟਾਂ ਪੈਂਦੀਆਂ, ਹਰ 5 ਸਾਲ ਬਾਅਦ ਢੀਂਡਸਾ ਸਾਹਿਬ ਵਰਗੇ ਗੱਦਾਰ, ਢੀਂਡਸਾ ਸਾਹਿਬ ਵਰਗੇ ਗੱਦਾਰ ਉਹ ਵੋਟਾਂ 'ਚ ਉਮੀਦਵਾਰ ਬਣ ਕੇ ਆਉਂਦੇ ਆ ਅਕਾਲੀ ਦਲ ਨੂੰ ਪਿੱਠ ਤੇ ਛੁਰਾ ਮਾਰਨ ਵਾਸਤੇ, ਆਪਣੇ ਆਪ ਨੂੰ ਵੱਖ ਵੱਖ ਅਕਾਲੀ ਦਲ ਦਾ ਨਾਂ ਲੈਂਦੇ। 100 ਸਾਲ ਕਈ ਜਿਹੜੇ ਜਥੇਬੰਦੀਆਂ ਜਾਲੀ ਜੀ ਬਣੀਆਂ, ਪੰਥਕ ਜਥੇਬੰਦੀਆਂ ਜਿਹੜੀਆਂ ਉਦੋਂ ਹੀ ਜਦੋਂ ਕਾਂਗਰਸ ਦੀਆਂ ਬਣਾਈਆਂ ਹੋਈਆਂ ਜਥੇਬੰਦੀਆਂ ਜਿਹੜੀਆਂ ਫੁੱਟ ਪੈਂਦੀਆਂ, ਉਹ ਆਪਣੇ ਉਮੀਦਵਾਰ ਖੜੇ ਕਰਦੀਆਂ। 100 ਸਾਲ ਹਰ ਵਰਗ ਸ਼੍ਰੋਮਣੀ ਅਕਾਲੀ ਦਲ 5 ਦਿਨ ਮਹਿੰਦਾ ਜਮਾਤ ਮੈਦਾਨੇ ਜੰਗ ਚਾਹੁੰਦੀ ਹੈ, ਤੇ 100 ਸਾਲਾਂ ਚ 100 ਸਾਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਹੱਥ ਰੱਖਿਆ ਤੇ ਹੱਥ ਵੀ ਇਹ ਰੱਖਿਆ ਜੇ 180 ਸੀਟਾਂ ਤੇ 170 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਈਆਂ। ਕੋਈ ਗੱਲ ਨਹੀਂ, ਜਦੋਂ ਮਰਜ਼ੀ ਇਲੈਕਸ਼ਨ ਕਰਾ ਲਓ, ਅੱਜ ਕਰਾ ਲਓ, ਢੀਂਡਸਾ ਦਾ ਜੋ ਮਰਜ਼ੀ ਜ਼ੋਰ ਲਾਓ, ਅਸੀਂ ਤਿਆਰ ਹਾਂ, ਅਸੀਂ ਤਿਆਰ ਹਾਂ। ਅਕਾਲੀ ਦਲ ਕਿਤੇ ਜੰਗ ਤੋਂ ਪਿੱਛੇ ਹਟਿਆ ਨਹੀਂ।